ਆਹੇ ਬਾਲਕਾਂ ਦਾ ਝੁੰਡ ਐਵੇਂ ਇਕੱਠਾ ਹੋ ਗਿਆ ਰਾਜ ਚਲਾਉਣਾ ਕਿਹੜਾ ਠੱਠਾ ਹੋ ਗਿਆ ਸਾਗਰਾਂ ਦੀ ਰੀਸ ਕੀ ਕਰੂਗੀ ਛੱਪੜੀ ਹਾਂਸਾਂ ਨਾਲ ਚਾਹੇ ਤੂੰ ਕਦੋਂਕ ਉੱਪੜੀ ਕੀ ਪੰਗਲਾ ਪਹਾੜ ਚੜੇਗਾ ਰਾਜ ਅੰਗਰੇਜ਼ਾਂ ਪਿੱਛੋਂ ਕੌਣ ਕਰੇਗਾ ਇਹਦਾ ਹੁਣ ਜਵਾਬ ਦਿੰਦਾ ਹੈ ਗਦਰੀ ਗਦਰੀ ਜਵਾਬ ਕੀ ਦਿੰਦਾ ਕਿਹੜੀ ਰਾਜਨੀਤੀ ਆ ਜੋ ਅਸਾਂ ਨਹੀਂ ਜਾਣਦੇ ਕਿਹੜਾ ਲਾਭ ਹਾਣ ਜੀ ਨੂੰ ਨਹੀਂ ਪਛਾਣਦੇ ਹਿੰਦੂਆਂ ਦੇ ਰਾਜ ਨੂੰ ਤੂੰ ਐਵੇਂ ਭੰਡਦਾ ਮੂਮਣਾ ਤੂੰ ਤੂੰ ਦੱਸੇ ਦੰਗਾ ਕੰਮ ਦਾ ਸਿੱਖਾ ਸਾਹੀ ਅਸੀਂ ਅਸੀਂ ਕਾਹ ਤੋਂ ਡਰਾਂਗੇ ਰਾਜ ਅੰਗਰੇਜ਼ਾਂ ਪਿੱਛੋਂ ਆਪ ਕਰਾਂਗੇ ਭਾਈ ਰਾਜ ਅੰਗਰੇਜ਼ਾਂ ਪਿੱਛੋਂ ਅਸੀਂ ਆਪ ਕਰਾਂਗੇ ਭਾਈ ਕਾਰਪੋਰੇਟ ਚਲੇ ਗਏ ਤਾਂ ਅਸੀਂ ਰਾਜ ਆਪ ਕਰ ਲਵਾਂਗੇ ਇਸ ਮਸਲੇ ਦੇ ਉੱਤੇ ਅੱਜ ਆਪਾਂ ਗੱਲ ਕਰਨੀ ਹੈ ਸੱਚਮੁੱਚੀ ਇਹ ਮਸਲਾ ਬੜਾ ਗੰਭੀਰ ਹੈ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਵਿਗਿਆਨ ਦੀ ਕਾਰਨ ਨਾਲ ਪੈਦਾ ਹੋਈਆਂ ਵਿਗਿਆਨ ਦੀ ਕਾਰਨ ਨਾਲ ਹੋਣ ਚਾਹੀਆਂ ਉਹ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਾਰਪੋਰੇਟ ਸਾਡੇ ਲਈ ਲੈ ਕੇ ਆਏ ਹੁੰਦੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਦੇਖੋ ਕਾਰਪੋਰੇਟ ਆ ਗਏ ਪਹਿਲਾਂ ਲੰਮਾ ਲੰਮਾ ਸਮਾਂ ਫੋਨ ਨਹੀਂ ਮਿਲਦਾ ਸੀ ਉਹ ਭਾਈ ਫੋਨ ਨਹੀਂ ਮਿਲਦਾ ਸੀ ਉਸ ਸਮੇਂ ਟੈਕਨੋਲੋਜੀ ਪੁਰਾਣੀ ਸੀਗੀ ਨਵੀਂ ਟੈਕਨੋਲੋਜੀ ਆਈ ਤੇ ਉਹਦੇ ਨਾਲ ਫੋਨ ਮਿਲਣ ਲੱਗ ਪਏ ਨਾ ਕਿ ਇਹਦੇ ਵਿੱਚ ਕਾਰਪੋਰੇਟਾਂ ਨੇ ਕੁਝ ਨਹੀਂ ਕੀਤਾ ਐਮੀ ਯਾਨੀ ਕਿ ਅਸੀਂ ਕਾਰਪੋਰੇਟਾਂ ਨੂੰ ਥਾਂ ਦੇ ਜਾਨੀ ਇਸੇ ਤਰ੍ਹਾਂ ਕਿ ਭਾਈ ਲੱਖਾਂ ਟਨ ਅਨਾਜ ਸੜ ਜਾਂਦਾ ਜੇ ਕਾਰਪੋਰੇਟਾ ਆਗੇ ਤੋਂ ਅਨਾਜ ਨੂੰ ਸੰਭਾਲ ਲੈਣਗੇ ਭਾਈ ਗੱਲ ਨਿਬੜ ਗਈ ਜਿਹੜੇ ਉਹਨਾਂ ਨੇ ਗਦਾਮ ਬਣਾਏ ਆ ਉਹ ਕਿਹੜੇ ਹੱਥਾਂ ਨੇ ਬਣਾਏ ਆ ਉਹ ਸੀਮਿੰਟ ਕਿੱਥੋਂ ਆਇਆ ਉਹ ਸੀਮਿੰਟ ਕਿਹਨੇ ਪੈਦਾ ਕੀਤਾ ਉਹ ਇੱਟਾਂ ਕਿਹਨੇ ਬਣਾਈਆਂ ਉਹ ਇੱਟਾਂ ਕਿਹਨੇ ਪੱਥੀਆਂ ਉਹ ਇੱਟਾਂ ਕਿਹਨੇ ਬਣਾਈਆਂ ਉਹ ਜਿਹੜੀ ਧਾਤ ਆ ਲੋਹੇ ਦੀ ਉਹ ਕਿਹਨੇ ਕੱਢੀ ਆ ਉਹ ਕੋਲੇ ਦੀਆਂ ਖਾਨਾਂ ਚੋਂ ਕਿਹਨੇ ਮਾ ਕੇ ਕੋਲਾ ਕੱਢਿਆ ਉਹ ਭਾਈ ਸਾਰਾ ਕੁਝ ਮਜ਼ਦੂਰਾਂ ਨੇ ਕੀਤਾ ਦੇ ਪ੍ਰਬੰਧਕ ਕੌਣ ਨੇ ਪ੍ਰਬੰਧਕ ਤੁਹਾਡੇ ਹੀ ਪੁੱਤ ਧੀ ਨੇ ਜਿਹੜੇ MBA ਕਰੇ ਆ ਜਿਨ੍ਹਾਂ ਨੇ B.Com ਕੀਤੀਆਂ ਉਹਨਾਂ ਨੇ ਨਹੀਂ ਕੀਤੀ ਹੈਗੀ ਇਹ ਕਾਰਪੋਰੇਟ ਕੌਣ ਹੋਈ ਤੇ ਕਈ ਵਾਰ ਇਹ ਲੱਗਦਾ ਕਿ ਕਾਰਪੋਰੇਟਾਂ ਬਗੈਰ ਤਾਂ ਸਾਡੀ ਜ਼ਿੰਦਗੀ ਹੀ ਨਹੀਂ ਚੱਲਣੀਗੀ ਅਸਲ ਦੇ ਵਿੱਚ ਇਹ ਝੂਠ ਆ ਜਿਹੜਾ ਕਾਰਪੋਰੇਟ ਤੇ ਉਸ ਦੇ ਮਾਕੇ ਟੁਕੜ ਬੋਚਾਂ ਵੱਲੋਂ ਫਲਾਇਆ ਜਾ ਰਿਹਾ ਹੈ ਜੇ ਕਾਰਪੋਰੇਟ ਚਲੇ ਗਏ ਇੰਨੇ ਸਾਲ ਹੋ ਗਏ ਰੇਲਵੇ ਚੱਲਦੀ ਨੂੰ ਲੱਖਾਂ ਕਰੋੜਾਂ ਲੋਕਾਂ ਨੂੰ ਰੋਜ਼ ਇਧਰੋਂ ਉਧਰੋਂ ਲੈ ਜਾਂਦੀ ਹੈ ਤੇ ਜੇ ਕਾਰਪੋਰੇਟਾਂ ਨੂੰ ਹੁਣ ਅਸੀਂ ਰੇਲ ਦੇ ਦਾਂਗੇ ਫਿਰ ਕੀ ਹੋ ਜਾਊਗਾ ਵੱਧ ਤੋਂ ਵੱਧ ਕੀ ਹੋ ਜਾਊਗਾ ਵੱਧ ਤੋਂ ਅਦੇ ਹੋ ਜਾਊਗਾ ਕਿ ਇਹ ਜੀ ਗੱਡੀਆਂ ਟਾਈਮ ਸਿਰ ਚੱਲਣ ਲੱਪਣੀਆਂ ਟਾਈਮ ਸਿਰ ਨਹੀਂ ਚੱਲਣ ਲੱਪਣੀਆਂ ਗੱਡੀਆਂ ਮਹਿੰਗੀਆਂ ਹੋ ਜਾਣਗੀਆਂ ਤੇ ਬਹੁਤ ਹੀ ਮਹਿੰਗੀਆਂ ਹੋ ਜਾਣਗੀਆਂ ਉਹਦੇ ਉਲਟ ਕੀ ਹੈਗਾ ਕਿ ਹੁਣ ਵੀ ਜੇ ਕੋਈ ਪ੍ਰਬੰਧਕੀ ਘਾਟਵਾਦ ਹੈਗੀ ਆ ਉਹਨੂੰ ਠੀਕ ਕਰਨ ਦੀ ਬਜਾਏ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈਗਾ ਅਸਲ ਦੇ ਵਿੱਚ ਤਾਂ ਇਹ ਗੱਲ ਹੀ ਬਿਲਕੁਲ ਝੂਠੀ ਹੈਗੀ ਹੈ ਕਿ ਕਾਰਪੋਰੇਟ ਬਗੈਰ ਸਾਡਾ ਨਹੀਂ ਸਰ ਸਕਦਾ ਅਸਲ ਦੇ ਵਿੱਚ ਤਾਂ ਕਾਰਪੋਰੇਟਾਂ ਦਾ ਨਹੀਂ ਸਾਡੇ ਬਗੈਰ ਸਰ ਸਕਦਾ ਸਾਡੀਆਂ ਜ਼ਮੀਨਾਂ ਬਗੈਰ ਸਾਡੀ ਕਿਰਤ ਬਗੈਰ ਸਾਡੇ ਬਗੈਰ ਮੰਡੀ ਬਗੈਰ ਕਾਰਪੋਰੇਟਾਂ ਦਾ ਨਹੀਂ ਸਰਦਾ ਸਾਡਾ ਤਾਂ ਸਰ ਜੂਗਾ ਇਸ ਕਰਕੇ ਇਸ ਭਰਮ ਭਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਜੇ ਕਾਰਪੋਰੇਟ ਚਲੇਗੇ ਤਾਂ ਪਤਾ ਨਹੀਂ ਕੀ ਹੋ ਜਾਊਗਾ ਇਹ ਇੱਕ ਵੱਧੂ ਦਾ ਫਲਾਇਆ ਹੋਇਆ ਪਰਮਾ